इस समय की बड़ी खबर राजोवाणा के नाल जुड़ी हुई है। दरअसल अज सुप्रीम कोर्ट के राजोवाणा के मामले के सुनवाई हुई सी, जिस दे विच सुप्रीम कोर्ट ने इस मामले के उत्ते हुण अगली सुनवाई नू 2 हफ्तों के लिए टाल दिता है। अगली सुनवाई 18 नवंबर नू होएगी। उस सुनवाई के विच केंद्र सरकार नू जवाब दाखिल करन दे लई किया गया। हुण केंद्र सरकार दे वल्लों इस मामले के उत्ते की जवाब दाखिल किया जाएगा वह देखना होएगा। दरअसल 2007 दे विच हेठली अदालत दे वल्लों राजोवाणा नू फांसी की सज़ा सुनाई गई सी, और इस फांसी की सज़ा सुनाए जाण दे बाद इन्हां दे वल्लों यह मंग की गई सी कि मेरी जिहड़ी फांसी की सज़ा है उसनू उम्र कैद की सज़ा दे विच तब्दील किया जाए। जिहड़ा मामला है वह सुप्रीम कोर्ट के पहुंचा और सुप्रीम कोर्ट के इस दे मामले में सुनवाई चल रही है। हुण सुप्रीम कोर्ट के वल्लों 2 हफ्ते के लिए इस सुनवाई नूं टाल दिता। मेरे सहयोगी परमिंदर बरियाणा नाल जुड़े हुए हैं। बरियाणा जी, राजोवाणा की जिहड़ी अज सुनवाई हुई है उसनूं 2 हफ्ते के लिए टाल दिता है। हुण केंद्र सरकार नूं जवाब दाखिल करन दे लई किया गया, केंद्र सरकार का अगला रुख की हो सकता है? देखो बलवंत सिंह राजोवाणा ने रिट पटीशन दायर की सी कि जिहड़ी उन्हां दी फांसी दी सजा आ उहनूं उम्र कैद दे विच तब्दील किया जाए, क्योंकि वह बहुत ज्यादा जिहड़ा आ उह कैद भुगत चुके ने, और कानून मुताबक किसी नूं 2 सजावां नहीं दित्तियां जा सकदियां। जिनी बलवंत सिंह राजोवाणे ने उम्र कैद भोग ली आ ओहदे ओ एक हिस्सा जिंदगी दा 28 साल जिहड़ी आ उन्होंने भुगत ली आ, और इहदे विच सुप्रीम कोर्ट दे ही जिहड़े पहले फैसले आए ने जस्टिस अपने 3 जिहड़े बेंच 3 जिहड़े जजेस ने इस बेंच दे विच, और ओहदे सरमुख जिहड़ी इहना रिट पटीशन पाई आ ओहदे विच जिहड़े सुप्रीम कोर्ट द्वारा ही जिहड़े कुछ जजमेंट आईआं उहनां दा हवाला दित्ता गया, जिवें कि राजीव गांधी मर्डर केस दे विच जिहड़े उहनां दे हत्यारे सीगे उहनां दी बाद विच फांसी दी सज़ा उम्र कैद विच बदल दित्ती गई सी, और बाद विच उहनां नूं रिहा भी कर दित्ता गया सी। ਉਹ ਉਦੋਂ ਸੁਪਰੀਮ ਕੋਰਟ ਨੇ ਤਰਕ ਦਿੱਤਾ ਸੀ ਵੀ ਇੰਨਾ ਲੰਬਾ ਸਮਾਂ ਜਿਹੜਾ ਕਿਸੇ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਤੁਸੀਂ ਕਿਉਂ ਨਹੀਂ ਦਿੱਤੀ, ਔਰ ਇਹਦੇ ਲਈ ਇਹਨਾਂ ਨੂੰ ਹੁਣ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਸੇ ਗੱਲ ਨੂੰ ਆਧਾਰ ਬਣਾ ਕੇ ਬਲਵੰਤ ਸਿੰਘ ਰਾਜੋਵਾਲਾ ਨੇ ਰਿਟ ਪਟੀਸ਼ਨ ਦਾਇਰ ਕੀਤੀ ਆ, ਔਰ ਸੁਪਰੀਮ ਕੋਰਟ ਨੇ ਹੁਣ ਇਹਦੇ ਸੰਬੰਧੀ ਕੇਂਦਰ ਤੋਂ ਜਿਹੜਾ ਆ ਉਹ ਜਵਾਬ ਮੰਗਿਆ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜੀਆਂ ਆ ਜਿਹੜੀਆਂ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਖਿਲਾਫ ਬਲਵੰਤ ਸਿੰਘ ਰਾਜੋਵਾਲਾ ਅਪੀਲ ਦੇ ਵਿੱਚ ਨਹੀਂ ਗਏ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਅਪੀਲ ਦੇ ਵਿੱਚ ਗਈ ਹੋਈ ਆ, ਔਰ ਉਹਨਾਂ ਨੇ ਇਹਦੀ ਮੰਗ ਕੀਤੀ ਆ ਫਾਂਸੀ ਦੀ ਸਜ਼ਾ ਨੂੰ ਰੱਦ ਕਰਨ ਲਈ। ਔਰ ਇਸ ਗੱਲ ਦੇ ਵਿੱਚ ਵੀ ਇੱਕ ਬੜੀ ਵੱਡੀ ਦਿਲਚਸਪ ਗੱਲ ਇਹ ਹੈ ਕਿ ਬਲਵੰਤ ਸਿੰਘ ਰਾਜੋਵਾਲਾ ਨੇ ਕਦੀ ਵੀ ਕੇਸ ਦੇ ਵਿੱਚ ਇਹਨਾਂ ਨੇ ਅਪੀਲ ਨਹੀਂ ਕੀਤੀ ਫਾਂਸੀ, ਉਹ ਕਹਿੰਦੇ ਕਿ ਔਰ ਉਹਨਾਂ ਨੇ ਅਦਾਲਤ ਵਿੱਚ ਇਸ ਗੱਲ ਮੰਨਿਆ ਸੀਗਾ ਕਿ ਜਿਹੜੀ ਉਹਨਾਂ ਦੀ ਭੂਮਿਕਾ ਸੀ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ ਉਹਨੂੰ ਮੰਨਿਆ ਸੀ, ਔਰ ਕਹਿੰਦੇ ਵੀ ਉਹ ਇਸ ਗੱਲ ਤੇ ਕੋਈ ਪਛਤਾਵਾ ਨਹੀਂ ਆ, ਕਿਉਂਕਿ ਬੇਅੰਤ ਸਿੰਘ ਨੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਕਤਲ ਕੀਤਾ ਆ, ਸਿੱਖ ਨੌਜਵਾਨੀ ਦਾ ਕਤਲ ਕੀਤਾ ਆ, ਔਰ ਇਹ ਹੀ ਵਜ੍ਹਾ ਸੀਗੀ ਬੇਅੰਤ ਸਿੰਘ ਦੀ ਕਤਲ ਕਰਨ ਦੀ। ਔਰ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਨਵੀਨ ਚੱਲਦਾ ਸੀਗਾ ਤੇ ਉਦੋਂ ਵੀ ਹਾਲਾਂਕਿ ਪਹਿਲਾਂ ਜਦੋਂ 550 ਸਾਲ ਤੇ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਜਿਹੜਾ ਆ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ, ਪਰ ਬਾਅਦ ਵਿੱਚ ਰੁੱਖ ਚੇਂਜ ਹੋ ਗਿਆ ਤੇ ਜਦੋਂ ਹਰਸਿਮਰਤ ਕੌਰ ਬਾਦਲ ਨੇ ਮਾਮਲਾ ਪਾਰਲੀਮੈਂਟ ਦੇ ਵਿੱਚ ਚੁੱਕਿਆ ਸੀਗਾ ਤੇ ਉਦੋਂ ਉਹਨਾਂ ਨੇ ਅਮਿਤ ਸ਼ਾਹ ਨੇ ਕਿਹਾ ਸੀ ਵੀ ਜੇ ਕਿਸੇ ਨੂੰ ਪਛਤਾਵਾ ਨਹੀਂ ਆ, ਕੋਈ ਮਾਫੀ ਨਹੀਂ ਆ ਤੇ ਰਿਹਾਈ ਨਹੀਂ ਆ। ਸੋ ਇਹ ਇੱਕ ਨਾਲ ਹੀ ਪੋਲੀਟੀਕਲ ਮੁੱਦਾ ਵੀ ਆ, ਔਰ ਹੁਣ ਇਹਦੇ ਵਿੱਚ ਕਿਉਂਕਿ ਜਿਹੜੀਆਂ ਮਰਸੀ ਪਟੀਸ਼ਨਸ ਨੇ ਉਹ ਸਾਰੀਆਂ ਤਮਾਮ ਜਿਹੜੀਆਂ ਰੱਦ ਹੋ ਚੁੱਕੀਆਂ ਨੇ, ਈਵਨ ਤਿੱਕਰ ਕਿ ਰਾਸ਼ਟਰਪਤੀ ਵੱਲੋਂ ਵੀ ਮਰਸੀ ਪਟੀਸ਼ਨ ਜਿਹੜੀ ਆ ਉਹ ਰੱਦ ਕਰ ਦਿੱਤੀ ਸੀ। ਤੇ ਇੱਕ ਵਾਰੀ ਤਾਂ ਬਲਵੰਤ ਸਿੰਘ ਰਾਜੋਵਾਲੇ ਦਾ ਫਾਂਸੀ ਦਾ ਰਸਤਾ ਵੀ ਸਾਫ ਹੋ ਗਿਆ ਸੀਗਾ ਔਰ ਕੁਛ ਦਿਨਾਂ ਦੇ ਵਿੱਚ ਹੀ ਫਾਂਸੀ ਦਿੱਤੀ ਜਾਣੀ ਸੀ, ਪਰ ਬਾਅਦ ਵਿੱਚ ਫਿਰ ਮਾਮਲਾ ਇਹ ਅਦਾਲਤੀ ਪ੍ਰਕਿਰਿਆ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲ ਗਈ ਔਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਉਲਝ ਕੇ ਰਹਿ ਗਿਆ, ਔਰ ਹੁਣ ਉਸੇ ਚੀਜ਼ ਦਾ ਹਵਾਲਾ ਦੇ ਕੇ ਬਲਵੰਤ ਸਿੰਘ ਨੇ
ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਔਰ ਸੁਪਰੀਮ ਕੋਰਟ ਨੇ ਹੁਣ ਇਹਦੇ ਤੇ ਕੇਂਦਰ ਸਰਕਾਰ ਦਾ ਕੀ ਰੁਖ ਆਉਂਦਾ ਆ ਕਿਉਂਕਿ ਇਹ ਮਾਮਲਾ ਜਿਹੜਾ ਹੈ ਪੋਲੀਟੀਕਲ ਵੀ ਆ ਇਹ ਇਕੱਲਾ ਹੁਣ ਅਪਰਾਧਿਕ ਮਾਮਲਾ ਨਹੀਂ ਰਹਿ ਗਿਆ ਹੈ ਇਹ ਪੰਜਾਬ ਦਾ ਇੱਕ ਬਹੁਤ ਵੱਡਾ ਰਾਜਨੀਤਿਕ ਮੁੱਦਾ ਬਣਿਆ ਹੋਇਆ ਹੈ ਪਿਛਲੇ ਕਾਫੀ ਸਮੇਂ ਤੋਂ ਔਰ ਅਕਾਲੀ ਦਲ ਆਪਣੇ ਸਰਵਾਈਵਲ ਲਈ ਇਹ ਹੀ ਮੁੱਦੇ ਨੂੰ ਲੈ ਕੇ ਅੱਗੇ ਵੱਧ ਰਹੀ ਆ ਸੋ ਹੁਣ ਕੇਂਦਰ ਸਰਕਾਰ ਲਈ ਜਿਹੜਾ ਆ ਇਹਦੇ ਲਈ ਉਹਦਾ ਜਵਾਬ ਦੇਣਾ ਹੋਏਗਾ ਹੋਮ ਡਿਪਾਰਟਮੈਂਟ ਨੇ ਇਸ ਮਾਮਲੇ ਦੇ ਵਿੱਚ ਔਰ ਕੀ ਜਵਾਬ ਦਾਇਰ ਕਰਦਾ ਤੇ ਉਹ ਉਸ ਦਿਨ ਪਤਾ ਲੱਗੇਗਾ ਕਿ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜਾਂ ਫਾਂਸੀ ਦੀ ਮੰਗ ਕੀਤੀ ਆ ਜਾਂ ਫਿਰ ਉਹ ਇਸ ਗੱਲ ਤੇ ਵੀ ਸਹਿਮਤੀ ਜਤਾ ਸਕਦੇ ਆ ਕਿ ਜੇ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਂਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਆ ਇਹ ਦੋ ਪਹਿਲੂ ਤੇ ਹੀ ਜਵਾਬ ਆ ਸਕਦਾ ਆ ਸੋ ਇਹ ਹੁਣ ਜਿਹੜਾ ਆ ਜਿਸ ਦਿਨ ਉਹਨਾਂ ਦਾ ਜਵਾਬ ਆਏਗਾ ਉਸ ਦਿਨ ਹੀ ਇੱਥੇ ਅਗਲੀ ਸੁਣਵਾਈ ਹੋ ਸਕੇਗੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਜਿਹੜੀ ਆ ਉਹ ਇਹ ਸੁਣਵਾਈ ਕਰਨ ਲਈ ਰਾਜੀ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਸੁਣਿਆ ਜਾਣਾ ਚਾਹੀਦਾ ਜਦੋਂ ਇਹਨਾਂ ਨੇ ਕੇਸ ਰਜਿਸਟਰਡ ਕਰਵਾਇਆ ਸੀ ਕਿਉਂਕਿ ਇਹ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਮਾਮਲਾ ਆ ਔਰ ਇੱਕ 28 ਸਾਲ ਤੋਂ ਵਿਅਕਤੀ ਜਿਹੜਾ ਆ 1995 ਤੋਂ ਲੈ ਕੇ ਹੁਣ ਤੱਕ ਜਿਹੜਾ ਵਿਅਕਤੀ ਜੇਲ੍ਹ ਦੇ ਵਿੱਚ ਆ ਔਰ ਅਜੇ ਤੱਕ ਜਿਹੜਾ ਕੀ ਕਹਿੰਦੇ ਆ ਉਹਦੀ ਕਿਸੇ ਤਣ ਪੱਤਣ ਨਹੀਂ ਲੱਗੀ ਔਰ ਇਹ ਤਰੀਕਾ ਨਹੀਂ ਹੋ ਸਕਦਾ ਕਿ ਇੱਕ ਵਿਅਕਤੀ ਨੂੰ ਤੁਸੀਂ 30 ਸਾਲ ਜਾਂ 28 ਸਾਲ ਕੈਦ ਵੀ ਕਰ ਲਓ ਤੇ ਉਸ ਤੋਂ ਬਾਅਦ ਉਹਨੂੰ ਫਾਂਸੀ ਵੀ ਦੇ ਦਿਓ ਇਹ ਜਿਹੜੇ ਆ ਦੋ ਪਹਿਲੂ ਆ ਜਾਂਦੇ ਆ ਕਾਨੂੰਨੀ ਅੜਚਣ ਆ ਜਾਂਦੀ ਆ ਵੀ ਇੱਕ ਵਿਅਕਤੀ ਨੂੰ ਦੋ ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਜੀ 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 ਤਮਾਮ ਜਾਣਕਾਰੀ ਲਈ ਧੰਨਵਾਦ ਸੋ ਇਹ ਸੀ ਪਰਵਿੰਦਰ ਬਰਿਆਣਾ ਜਿਨ੍ਹਾਂ ਨੇ ਦੱਸਿਆ ਕਿ ਹੁਣ ਜਿਹੜੀ ਸੁਣਵਾਈ ਹੋਏਗੀ ਉਹ ਸੁਣਵਾਈ ਦੇ ਵਿੱਚ ਦੇਖਣਾ ਹੋਏਗਾ ਕਿ ਕਿਸ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਾਖਲ ਕੀਤਾ ਜਾਂਦਾ ਹੈ ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਜਾਣੀ ਸੁਣਵਾਈ ਹੋਣੀ ਸੀ ਉਸ ਸੁਣਵਾਈ ਦੇ ਵਿੱਚ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ ਨੂੰ 2 ਹਫ਼ਤਿਆਂ ਦੇ ਲਈ ਟਾਲ ਦਿੱਤਾ ਗਿਆ ਰਾਜੋਆਣਾ ਆਪਣੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਵਾਉਣ ਦੇ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਸੋ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਪਟੀਸ਼ਨ ਤੇ ਜਵਾਬ ਦਾਇਰ ਕਰੇਗੀ ਕੇਂਦਰ ਸਰਕਾਰ ਦੇ ਉੱਤੇ ਸਾਰੀ ਗੱਲ ਸੁਪਰੀਮ ਕੋਰਟ ਨੇ ਸਿੱਟੀ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲਿਆ ਜਾਂਦਾ ਹੈ ਉਹਦੇ ਬਾਰੇ ਦੱਸਿਆ ਜਾਏ ਹੁਣ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹਦੇ ਉੱਤੇ ਜਵਾਬ ਦਾਇਰ ਕਰਾਂਗੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਇਸ ਪਟੀਸ਼ਨ ਦੇ ਉੱਤੇ ਅਗਲੀ ਸੁਣਵਾਈ 18 ਨਵੰਬਰ ਨੂੰ ਕੀਤੀ ਜਾਏਗੀ ਦਰਅਸਲ ਰਾਜੋਆਣਾ ਨੂੰ 2007 ਦੇ ਵਿੱਚ ਹੇਠਲੀ ਅਦਾਲਤ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਜਿਸ 'ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਕਰੀਬ 29 ਸਾਲ ਤੋਂ ਜੇਲ੍ਹ ਦੇ ਵਿੱਚ ਨੇ ਅਤੇ ਉਸ ਦੀ ਰਹਿਮ ਦੀ ਅਪੀਲ ਜਿਹੜੀ ਹੈ 12 ਸਾਲਾਂ ਤੋਂ ਪੈਂਡਿੰਗ ਹੈ ਅੱਜ ਤੱਕ ਕੇਂਦਰ ਸਰਕਾਰ ਨੇ ਇਸ ਦੇ ਉੱਤੇ ਕੋਈ ਵੀ ਫੈਸਲਾ ਨਹੀਂ ਲਿਆ ਕੇਂਦਰ ਵੱਲੋਂ ਸੋਲਿਸਿਟਰ ਜਨਰਲ ਨੇ ਕਿਹਾ ਹੈ ਕਿ ਇਹ ਮਾਮਲਾ ਰਾਸ਼ਟਰਪਤੀ ਦੇ ਕੋਲ ਵਿਚਾਰ ਅਧੀਨ ਹੈ ਅਤੇ ਉਹ ਅਦਾਲਤ ਨੂੰ ਇਸ ਸਥਿਤੀ ਬਾਰੇ ਸੂਚਿਤ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਪਿਛਲੇ ਸਾਲ ਮਈ ਦੇ ਵਿੱਚ ਸੁਪਰੀਮ ਕੋਰਟ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ ਅਦਾਲਤ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਛੇਤੀ ਫੈਸਲਾ ਲੈਣ ਦੇ ਲਈ ਕਿਹਾ ਸੀ ਹੁਣ ਇੱਕ ਵਾਰ ਫਿਰ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਰਹਿਮ ਦੀ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਦੇ ਆਧਾਰ ਦੇ ਉੱਤੇ ਆਪਣੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦੀ ਮੰਗ ਕੀਤੀ ਆ ਸੋ ਹੁਣ 18 ਨਵੰਬਰ ਨੂੰ ਸਥਿਤੀ ਸਪਸ਼ਟ ਹੋਏਗੀ ਕਿ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਵਾਬ ਦਾਇਰ ਕੀਤਾ ਜਾਂਦਾ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ